ਕੋਈ ਆਵੇ ਸੰਤ ਹਰ ਕਾ ਜਨ ਸੰਤ ਮੇਰਾ ਪ੍ਰੀਤਮ ਜਨ ਸੰਤ ਮੋਹਿ ਮਾਰਿ ਗਿਦਕਿਆ ਹੈ ਕੋਈ ਆਵੇ ਸੰਤ ਹਰ ਕਾ ਜਨ ਸੰਤ ਮੇਰਾ ਪ੍ਰੀਤਮ ਜਨ ਸੰਤ ਲੰਗਰ ਪੰਗਤ ਦੀ ਸਾਂਝ ਅਸੂ ਦੇ ਮਹੀਨੇ ਵਿੱਚ ਜੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਸੀ ਉਸ ਦੇ ਭੋਗ ਉਪਰੰਤ ਗੁਰੂ ਘਰ ਦੀ ਮਰਯਾਦਾ ਅਨੁਸਾਰ ਸਭ ਸੰਗਤਾਂ ਨੂੰ ਲੰਗਰ ਛਕਾਉਣ ਲਈ ਪੰਗਤਾਂ ਲਵਾਈਆਂ ਗਈਆਂ ਪਿੰਡ ਗੋਂਦਪੁਰ ਦੇ ਪੰਜ ਚਾਰ ਪ੍ਰੇਮੀ ਅਤੇ ਹੋਰ ਦੋ ਤਿੰਨ ਸਿੰਘ ਇਕੱਠੇ ਹੋ ਕੇ ਬਾਬਾ ਜੀ ਪਾਸ ਆਏ ਤੇ ਕਿਹਾ ਕਿ ਅਸੀਂ ਆਪ ਜੀ ਨੂੰ ਇੱਕ ਬੇਨਤੀ ਕਰਨੀ ਹੈ ਬਾਬਾ ਜੀ ਨੇ ਆਪਣੇ ਨਿਮਰਤਾ ਵਾਲੇ ਸੁਭਾਅ ਅਨੁਸਾਰ ਕਿਹਾ ਕਿ ਹੁਕਮ ਕਰੋ ਜੀ ਕੀ ਹੁਕਮ ਹੈ ਪ੍ਰੇਮੀਆਂ ਨੇ ਕਿਹਾ ਕਿ ਸੰਗਤ ਵਿੱਚ ਸਪੀਕਰ ਰਾਹੀਂ ਤੁਸੀਂ ਅਨਾਉਂਸ ਕਰਵਾ ਦਿਓ ਕਿ ਜੋ ਨੀਵੀਂ ਜਾਤ ਨਾਲ ਸੰਬੰਧ ਰੱਖਦੇ ਹਨ ਉਹ ਜੁਦੀਆਂ ਪੰਕਤਾਂ ਵਿੱਚ ਬੈਠ ਜਾਣ। ਉਹਨਾਂ ਪ੍ਰੇਮੀਆਂ ਦਾ ਇਹ ਬਚਨ ਸੁਣ ਕੇ ਬਾਬਾ ਜੀ ਬੜੇ ਰੋਹ ਵਿੱਚ ਆਏ ਤੇ ਕਹਿਣ ਲੱਗੇ ਕਿ ਇਹ ਕਦੇ ਵੀ ਕਿਸੇ ਵੀ ਕੀਮਤ 'ਤੇ ਨਹੀਂ ਹੋ ਸਕਦਾ। ਸਤਿਗੁਰੂ ਜੀ ਦੇ ਘਰ ਸਭ ਬਰਾਬਰ ਹਨ, ਕੋਈ ਵੀ ਉੱਚਾ ਜਾਂ ਨੀਵਾਂ ਨਹੀਂ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕਰਕੇ ਸਾਨੂੰ ਲੰਗਰ ਵਿੱਚ ਪੰਗਤ ਦੀ ਸਾਂਝ ਬਖਸ਼ੀ ਹੈ। ਸਭ ਨੂੰ ਬਰਾਬਰਤਾ ਪ੍ਰਦਾਨ ਕੀਤੀ ਹੈ। ਸਾਡੇ ਪਾਸੋਂ ਸੁਪਨੇ ਵਿੱਚ ਵੀ ਇਹ ਆਸ ਨਾ ਰੱਖਿਓ ਕਿ ਅਸੀਂ ਅਜਿਹਾ ਕਰਾਂਗੇ ਪਰ ਹਾਂ ਜੇਕਰ ਤੁਸੀਂ 5-7 ਜਣੇ ਆਪਣੇ ਆਪ ਨੂੰ ਗੁਰੂ ਕੀ ਸੰਗਤ ਨਾਲੋਂ ਅਲੱਗ ਕਰਕੇ ਜੁਦਾ ਕਰਕੇ ਪ੍ਰਸ਼ਾਦਾ ਛਕਣਾ ਚਾਹੁੰਦੇ ਹੋ ਤਾਂ ਜੁਦੇ ਬੈਠ ਕੇ ਜਰੂਰ ਛਕ ਲਓ ਲੰਗਰ ਲਈ ਪੰਗਤ ਸਾਂਝੀ ਹੀ ਲੱਗੇਗੀ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਇਹ ਸੰਗਤ ਪੰਗਤ ਦੇ ਪ੍ਰਭਾਵਸ਼ਾਲੀ ਬਚਨ ਸੁਣ ਕੇ ਉਹ ਪ੍ਰੇਮੀ ਚੁੱਪ ਕਰ ਗਏ ਅਤੇ ਫਿਰ ਦੁਬਾਰਾ ਕੁਝ ਕਹਿਣ ਦਾ ਹਿਅਾ ਨਾ ਪਿਆ ਸਗੋਂ ਬਾਬਾ ਜੀ ਦੇ ਬਚਨਾਂ ਦਾ ਇਹ ਅਸਰ ਹੋਇਆ ਕਿ ਉਹਨਾਂ ਨੇ ਵੀ ਪੰਗਤ ਵਿੱਚ ਬੈਠ ਕੇ ਬਾਕੀ ਸੰਗਤ ਦੇ ਨਾਲ ਹੀ ਪ੍ਰਸ਼ਾਦਾ ਛਕਿਆ ਉਪਰੋਕਤ ਪ੍ਰੇਰਣਾ ਕੇਵਲ ਕਹਿਣ ਮਾਤਰੀ ਨਹੀਂ ਸੀ ਬਲਕਿ ਬਾਬਾ ਜੀ ਨੇ ਸਾਰੀ ਆਜੂ ਇਸ ਅਸੂਲ ਨੂੰ ਬੜੀ ਦ੍ਰਿੜਤਾ ਨਾਲ ਨਿਭਾਇਆ ਆਪ ਜੀ ਹਮੇਸ਼ਾ ਸੰਗਤ ਦੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਕਰਦੇ ਸਨ ਕਿਸੇ ਕਿਸਮ ਦਾ ਉਚੇਚਾ ਲੰਗਰ ਬਣਵਾ ਕੇ ਜਾਂ ਸੰਗਤ ਤੋਂ ਵੱਖਰੇ ਹੋ ਕੇ ਆਪ ਜੀ ਨੇ ਕਦੇ ਵੀ ਨਹੀਂ ਸੀ ਛਕਿਆ ਸੰਗਤ ਵਿੱਚ ਬੈਠ ਕੇ ਬਾਕੀ ਸੰਗਤ ਦੇ ਨਾਲ ਦਾ ਹੀ ਲੰਗਰ ਛਕਣਾ ਆਪ ਜੀ ਲੂਣ ਘੱਟ ਖਾਇਆ ਕਰਦੇ ਸਨ ਜੇਕਰ ਦਾਲ ਵਿੱਚ ਲੂਣ ਜ਼ਿਆਦਾ ਹੋਣਾ ਤਾਂ ਉਸ ਵਿੱਚ ਪਾਣੀ ਪਾ ਕੇ ਘੱਟ ਕਰ ਲੈਣਾ ਲਾਲ ਮਿਰਚ ਤਾਂ ਆਪ ਜੀ ਬਿਲਕੁਲ ਹੀ ਨਹੀਂ ਵਰਤਿਆ ਕਰਦੇ ਸਨ ਜੇ ਕਿਸੇ ਦੇ ਘਰ ਲੰਗਰ ਛਕਣ ਜਾਣਾ ਤਾਂ ਉਸ ਨੂੰ ਪਹਿਲਾਂ ਬੇਨਤੀ ਕਰ ਦੇਣੀ ਕਿ ਭਾਈ ਮਿਰਚ ਨਾ ਪਾਉਣੀ ਪਰ ਜੇ ਕਿਸੇ ਕਾਰਨ ਫਿਰ ਵੀ ਉਹਨਾਂ ਨੇ ਮਿਰਚ ਪਾ ਦੇਣੀ ਤਾਂ ਉਸ ਪ੍ਰੇਮੀ ਨੂੰ ਬਿਨਾਂ ਕੁਝ ਕਹੇ ਪ੍ਰਸ਼ਾਦ ਪਾਣੀ ਸ਼ੱਕਦਿਆਂ ਹੋਇਆਂ ਪ੍ਰਸ਼ਾਦਾ ਪਾਣੀ ਵਿੱਚ ਡਬੋ ਕੇ ਛਕ ਲੈਣਾ ਇਸ ਪ੍ਰਕਾਰ ਚਾਹ ਜਾਂ ਸੌਫੇ ਵਿੱਚ ਜੇਕਰ ਮਿੱਠਾ ਜ਼ਿਆਦਾ ਹੋਣਾ ਤਾਂ ਕਿਸੇ ਨੂੰ ਉਤਾੜਨਾ ਨਹੀਂ ਸਗੋਂ ਉਸ ਚਾਹ ਜਾਂ ਸੌਫੇ ਵਿੱਚ ਫਿੱਕਾ ਪਾਣੀ ਪਾ ਕੇ ਛਕ ਲੈਣਾ ਇੰਜ ਜਾਪਦਾ ਸੀ ਜਿਵੇਂ ਗੁਰਦੇਵ ਜੀ ਦਾ ਇਹ ਫਰਮਾਨ ਹੈ ਕਿ ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਔਰ ਇਸ ਅਨਸਾਰ ਬਾਬਾ ਜੀ ਦੀ ਆਤਮਿਕ ਵਰਤੀ ਇਹਨਾਂ ਸੰਸਾਰੀ ਰਸਾ ਤੋਂ ਬਹੁਤ ਉੱਪਰ ਉੱਠ ਚੁੱਕੀ ਸੀ ਪੇਟ ਨੂੰ ਆਧਾਰ ਦੇਣ ਵਾਸਤੇ ਹੀ ਆਪ ਜੀ ਛਕਦੇ ਭੋਜਨਾਂ ਦੇ ਰਸ ਮਾਨਣ ਲਈ ਨਹੀਂ ਮਸਾਲੇ ਆਦ ਪਾ ਕੇ ਬਹੁਤੇ ਤੜਕੀ ਆਦ ਲਗਾਉਣ ਦੇ ਆਪਜੀ ਹੱਕ ਵਿੱਚ ਨਹੀਂ ਸਨ ਲੰਗਰ ਜੋ ਗੁਰਦੁਆਰੇ ਬਾਕੀ ਸੰਗਤ ਲਈ ਬਣਦਾ ਦਾਲ ਦੇ ਵਿੱਚ ਹੀ ਗੰਢਾ ਆ ਚੀਰ ਕੇ ਪਾ ਦਿੰਦੇ ਵਿੱਚ ਹੀ ਥੋੜਾ ਘਿਓ ਪਾ ਦੇਣਾ ਮਸਰਾਂ ਦੀ ਦਾਲ ਦਾ ਆਪਜੀ ਆਮ ਪ੍ਰਯੋਗ ਕਰਿਆ ਕਰਦੇ ਸਨ ਜਾਂ ਕੇਵਲ ਦਹੀਂ ਨਾਲ ਹੀ ਪ੍ਰਸ਼ਾਦ ਛਕ ਲੈਂਦੇ ਪਹਿਲੇ-ਪਹਿਲੇ ਦਿਨਾਂ ਵਿੱਚ ਜੇ ਕੋਈ ਪ੍ਰੇਮੀ ਦੁੱਧ ਲੈ ਆਵੇ ਤਾਂ ਬਾਹਰੋਂ ਆਏ ਪ੍ਰੇਮੀਆਂ ਨੂੰ ਚਾਹ ਸੌਂਫ ਬਣਾ ਦੇਣੀ ਜੇਕਰ ਕੋਲ ਦੁੱਧ ਨਾ ਹੋਵੇ ਪਾਣੀ ਵਿੱਚ ਸੌਂਫਾ ਪੱਤੀ ਅਤੇ ਮਿੱਠਾ ਪਾ ਕੇ ਉਬਾਲ ਕੇ ਪਣ ਲੈਣਾ ਤੇ ਫਿਰ ਇੱਕ ਪਤੀਲੀ ਵਿੱਚ ਥੋੜਾ ਜਿਹਾ ਘਿਓ ਪਾ ਕੇ ਅੱਗ ਉੱਪਰ ਰੱਖ ਕੇ ਜਿਸ ਤਰ੍ਹਾਂ ਦਾਲ ਨੂੰ ਤੜਕਾ ਲਾਈਦਾ ਹੈ ਉਸੇ ਤਰ੍ਹਾਂ ਚਾਹ ਜਾਂ ਸੌਂਫ ਦਾ ਪਾਣੀ ਉਸ ਵਿੱਚ ਪਾ ਕੇ ਤੜਕ ਲੈਣਾ ਤੇ ਸੰਗਤ ਨੂੰ ਵਰਤਾ ਦੇਣਾ ਨਾਲ ਹੀ ਬੇਨਤੀ ਕਰ ਦੇਣੀ ਕਿ ਭਾਈ ਸਾਡੇ ਪਾਸ ਦੁੱਧ ਹੈ ਨਹੀਂ ਸੀ ਇਸ ਕਰਕੇ ਇਸੇ ਨੂੰ ਹੀ ਪ੍ਰਵਾਨ ਕਰਿਓ ਕਿਉਂਕਿ ਅਸੀਂ ਕਿਸੇ ਪਾਸੋਂ ਮੰਗਣ ਨਹੀਂ ਜਾਂਦੇ ਜੋ ਵੀ ਗੁਰੂ ਮਹਾਰਾਜ ਪ੍ਰੇਰਣਾ ਦੇ ਕੇ ਇੱਥੇ ਭੇਜ ਦੇਣ